ਤੂੰ ਖਲੂ ਗੁਲਮਾਂ ਮੇ ਕਿ ਮੁੱਛਾਂ ਦੇ ਕੋ ਸੰਗਤ ਬਿਲਕੁਲ ਜਰੀ ਨੇ ਹੀ ਕਿੰਦੇ ਲੰਮੇ ਦੇ ਇਸ ਤੇ ਉੱਗੇ ਤੇ ਇਸ ਮੈਂ ਤੇ ਪੈਸਾ ਦੀ ਤੇ ਰਾਤ ਉਹਨਾਂ ਦੀ ਜ਼ਮੀਨਾਂ ਕੋ ਲੱਗਦਾ ਬੈਠਾ ਸਭ ਫੈਨਲੀ ਅੱਜ ਮੈਂ ਕਿਨਾਇਆ ਸਟਿਕ ਇਹ ਕੋ ਵਿਲਾਗੇ ਕਿਟ ਵੀ ਅਗਦੇ ਮੇਰਾ ਖਿਆਲ ਹੈ ਹੁਣ ਮੈਂ ਉਹ ਕਰੇ ਨਾ ਅਨਬਾਕਸਿੰਗ ਠੀਕ ਹੈ ਸੰਗਤ ਅੱਛਾ ਮੈਂ ਕਿਉਂ ਕੀਤੀ ਇਹ ਮੈਂ ਤੁਹਾਨੂੰ ਦੱਸਣਾ ਚਾਹ ਸੰਗਤ ਕਿਉਂਕਿ ਵੀਡੀਓ ਤਾਂ ਹੱਥ ਨਾਲ ਹੀ ਬਣਾ ਸਕਦਾ ਬੰਦਾ ਇਹ ਨਹੀਂ ਲੇਕਿਨ ਉਹ ਮੈਂ ਸਿਰਫ ਇਸ ਮਾਰੇ ਕੀਤੀ ਸੰਗਤ ਮੈਂ ਕੂੰ ਲੋ ਬਾਦ ਕੇ ਤੇਰੀ ਵੀਡੀਓ ਨਾ ਹਲਦੀ ਸੀ ਆਦੀ ਹੈ ਮਤਲਬ ਇਹ ਕਿ ਜਿਸ ਟਾਈਮ ਸਾ ਦੇਖਦੇ ਬੈਠੋ ਉਹਨਾਂ ਨੇ ਉਹ ਹੀ ਦੇਖੀ ਅਸਲਾਮ ਵਾਲੇਕੁਮ ਸੰਗਤ ਉਮੀਦ ਹੈ ਤੁਸੀਂ ਠੀਕ ਹੋ ਸੋ ਤੇ ਖੈਰ ਖਰੀਆ ਨਾ ਦੋਸਤੋ ਸਾਰੇ ਸਾਰੇ ਯੂਟਿਊਬ ਚੈਨਲ ਆਸਮਤ ਵਿਲਾ ਤੇ ਅੱਜ ਦੀ ਮਜ਼ੇਦਾਰ ਵੀਡੀਓ ਸ਼ੁਰੂ ਕਰਾਂ ਕਿ ਪਹਿਲੇ ਸਾਰੇ ਰਿਕੁਐਸਟ ਕਿ ਜਿਹਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਚੜੋ ਜਲਦੀ ਜਲਦੀ ਸਬਸਕ੍ਰਾਈਬ ਤੇ ਚੱਲ ਸ਼ੁਰੂ ਕਰੇ ਨੇ ਅੱਜ ਦੀ ਮਜ਼ੇਦਾਰ ਵੀਡੀਓ ਨੁਮਾਨੀ ਪਾਣੀ ਕਿੱਦਾਂ ਵੰਦੇ ਯਾਰ ਪਾਣੀ ਕਿੱਦਾਂ ਪਹੁੰਚਾਵਦੇ ਆ ਜੋ ਰਹਿਣਾ ਬਹੁਤ ਪਿਆਰਾ ਤੇ ਵੀਆਈਪੀ ਮੌਸਮ ਬਣ ਗਿਆ ਹੈ ਲੇਕਿਨ ਗੱਲ ਇਹ ਜੋ ਲੋਕ ਆਦਨ ਕੇ ਖਾਦੀ ਜਿਹੜੇ ਨਾ ਨੂਜ਼ ਆਉਂਦਾ ਪੀਏ ਨੂਜ਼ ਯਾਨੀ ਕਿ ਵੱਡਾ ਪਾਣੀ ਆਉਂਦਾ ਪੀ ਜੋ ਕੋਈ ਸਿਲਾਬ ਵਗਦੇ ਹੈ ਹਾਲੇ ਆਇਆ ਕੋ ਨਹੀਂ ਲੇਕਿਨ ਇਹ ਕਿ ਛਾਂ ਸੀ ਅੱਲਾ ਕਰੇ ਕਿ ਨਾ ਆਵੇ ਅਸਾਂ ਨੇ ਕਿਉਂਕਿ ਚਲੋ ਅਗਰ ਇਹ ਸਾਰੀ ਕੇ ਖਾਦੇ ਨਾ ਸੰਗਤ ਇੱਥੋਂ ਡਿੱਸਦੀ ਪਏ ਨਾ ਅਗਰ ਇੱਥੋਂ ਟਾਪੀ ਵੈਂਦੇ ਨਾ ਲੇਕਿਨ ਅੱਗੂ ਤੇ ਜਿਹੜੇ ਲੋਕ ਇਹਨਾਂ ਉਹਨਾਂ ਸ਼ੋਧਨ ਮਾਰੇ ਮਤਲਬ ਮਸਲਾ ਆਉਂਦਾ ਉੱਥੋਂ ਖਾਸ ਕਰ ਸਾਨਾ ਕੋਈ ਜਿਲ੍ਹਾ ਕੇ ਪੈਂ ਜਿੱਥੇ ਮੈਂ ਖਾਦ ਮਾਰ ਕੋ ਨਹੀਂ ਨਿਕਾਸੀ ਦਾ ਇੰਤਜ਼ਾਮ ਕੋ ਨਹੀਂ ਨਾ ਉਹਨਾਂ ਸ਼ੋਧਨ ਮਾਰੇ ਬਹੁਤ ਮਸਲਾ ਆਉਂਦਾ ਨਾ ਸੰਗਤ ਤਾਂ ਦੁਆ ਕਰੋ ਕਿ ਨਾ ਆਵੇ ਅੱਲਾ ਕਰੇ ਬਹਰਹਾਲ ਫਿਲਹਾਲ ਹੀ ਮੈਂ ਇਹ ਕੋਨਾ ਖਾਸ ਹੈ ਦੇਖੋ ਨੇ ਛੋਟਾ ਛੋਟਾ ਚੱਲਦਾ ਵੀ ਮਤਲਬ ਕਿ ਵੱਡਾ ਹੀ ਪਹਿਲੇ ਜਿਹੜਾ ਰਸਤਾ ਮਸਤਾ ਉਹ ਖਤਮ ਥੀ ਗਿਆ ਹੈ ਸੰਗਤ ਇਹ ਪਰ ਉਹ ਮਤਲਬ ਇਹ ਜਣੇ ਬੈਠਣ ਲੱਗੇ ਉਸ ਸਾਈਡ ਦੇ ਟਾਪਕੇ ਦੇ ਇੰਤੇ ਗਏ ਨਾ ਉਹ ਸਾਹਮਣੇ ਜਿਹੜੀ ਸੰਗਤ ਪੂਲ ਹੈ ਨਾ ਉਹ ਪੂਲ ਕਾ ਟਾਪਕੇ ਤੇ ਵਲਾ ਜਾ ਰਹੇ ਨੇ ਇੱਥੋਂ ਆਏ ਹਨ ਬਾਰਿਸ਼ ਇੱਥੇ ਸਾਹਮਣੇ ਸੰਗਤ ਦਿਸਦਾ ਉਸ ਤੋਂ ਬੰਦੜੀ ਭਰੀ ਖੜੀ ਹੈ ਪਰਲੇ ਸਾਈਡ ਦੇ ਉੱਤੇ ਉਹ ਨਾ ਇਸ ਨਾਲ ਭਰੀ ਖੜੀ ਸੰਗਤ ਬਾਰਿਸ਼ ਚੱਲਣ ਤੂੰ ਨਿਊਜ਼ ਦੇਖਣ ਆ ਗਿਆ ਤੇ ਉਹ ਕਹਾਂ ਕਿ ਨਿਊਜ਼ ਆਉਂਦਾ ਪਈ ਹੈ ਅੱਛਾ ਇਹ ਤਾਂ ਅਮ ਜੁਣਾ ਦਾ ਨਕੂਰ ਹੈ ਸਾਰਾ ਆ ਜਿਲੂ ਰੇਖ ਅਮ ਜੁਣਾ ਦਾ ਜੈਜ਼ਾ ਇਹ ਛੋਰ ਬੈਠਣ ਸੰਗਤ ਨਿਊਜ਼ ਦੇ ਹੀ ਲੈ ਦੇ ਵਿੱਚ ਇਹਦੇ ਹੁਣ ਨਿਊਜ਼ ਆਉਂਦਾ ਪਈ ਅਸਾਂ ਦੇਖ ਸੁ ਲਗੇ ਨਿਊਜ਼ ਮੂ ਨਿਨੇ ਆਦਾ ਇਵੇਂ ਸ਼ੋਦੇ ਬੈਠਣ ਜ ਰਹੇ ਨੇ ਸਖਣਾ ਵੀ ਟਾਈਮ ਪਾਸ ਕਰਨ ਦੇ ਮੈਂ ਤਾਜ਼ਾ ਹਵਾ ਲਵਾਉ ਲੈ ਕੇ ਨੂਜ਼ ਨਹੀਂ ਆਉਂਦਾ ਇਨਸ਼ਾਅੱਲਾ ਪਰ ਮੌਸਮ ਇਹ ਤੇ ਵੀ ਆਈ ਪੀ ਮਾਹੌਲ ਸੰਗਤ ਕਿਉਂਕਿ ਬਾਰਿਸ਼ ਥਈ ਇਹਨਾਂ ਦੇ ਬਾਅਦ ਬੜਾ ਮਜ਼ਦਾਰ ਅਤੇ ਤਾਜ਼ਾ ਮਾਹੌਲ ਬਣ ਗਏ ਫਰੈਸ਼ ਹਵਾ ਹੈ ਗਰਮੀ ਸ਼ਰਮੀ ਨਿਕਲ ਗਈ ਹੈ ਸਾਰਿਆਂ ਦੀ ਮਜ਼ੇ ਤੇ ਖੜੇ ਹੈ ਪੁੱਛਾਂ ਦੇ ਕੋ ਸੰਗਤ ਬਿਲਕੁਲ ਜਰੀ ਨੇ ਹੀ ਕਿੰਦੇ ਲੰਮੇ ਦੇ ਇਸ ਤੇ ਉੱਭੇ ਤੇ ਇਸ ਅੱਛਾ ਮਤਲਬ ਕੋ ਨਹੀਂ ਉਹਨੂੰ ਕਾਲ ਕਰ ਦੋ ਬਸ ਠੀਕ ਹੈ ਗੰਢੇ ਕਰੇ ਨੇ ਬੇਜ ਰਹੇ ਨਾ ਪਾਣੀ ਸ਼ਾਣੀ ਕੋ ਨਹੀਂ ਨੇ ਤੂੰ ਸਭ ਬਿਜਿੰਦ ਥੀ ਕੇ ਸਮੋ ਪਾ ਕੇ ਐਸੇ ਹੀ ਮੇਰੋ ਨਾ ਰਾਹ ਦੇ ਲੈਸਾ ਉਹਨੂੰ ਗਾਕੂ ਦੇ ਫੱਜੇ ਲੋ ਅੱਲਾ ਦੇ ਕਮਾਂ ਦਾ ਕੋ ਪਤਾ ਉਹਨੂੰ ਹਾਂ ਇਹੋ ਹੈ ਨਾ ਮੈਂ ਨਾ ਨਾ ਹਰ ਕੋ ਭਾ ਲਾਗ ਵੀ ਨਾ ਸਮੋ ਅੱਲਾ ਮਾਨ ਨੇ ਵੀ ਅੱਲਾ ਮਾਨ ਇਹ ਸੰਗਤ ਮਾਲ ਚਲ ਵਾਪਸੀ ਮਾਰੀ ਨਾ ਕਿਉਂ ਗੁਣ ਸ਼ਾਮ ਦਾ ਟਾਈਮ ਥੀ ਮਣਾ ਲਹੇ ਲੇਕਿਨ ਅਜ ਮੌਸਮ ਹੀ ਵੇ ਨਾ ਸੰਗਤ ਕੇ ਬੰਦਾ ਉਹਦੇ ਬੈਠਾ ਹੀ ਖੜਾ ਰਵੇ ਘਰ ਸ਼ਰ ਨਾ ਵੇ ਕਿਉਂਕਿ ਇਹਦੀ ਜ਼ਬਰਦਸਤ ਹਵਾ ਚੱਲਦੀ ਪਈ ਨਾ ਤੇ ਗਰਮੀ ਦੇ ਮੋਏ ਵਦੇ ਨਹੀਂ ਹਰ ਬੰਦਾ ਚਸ਼ਮਿਆਂ ਨਹੀਂ ਮਤਲਬ ਹੈ ਕਿ ਜਿਵੇਂ ਐਸੀ ਲੱਗਾ ਖੜੋ ਗਵਾਂਡਾ ਚਸ਼ਮਾ ਕੇਸ਼ੀ ਐਸੀ ਜਿਵੇਂ ਚੱਲਦੇ ਪਏ ਇਸ ਕਿਸਮ ਦੀ ਹਵਾ ਇੱਥੇ ਲੱਗੀ ਖੜੀ ਹੈ ਅਫਨਾ ਨਹੀਂ ਅੱਗਦੇ ਅੱਜ ਇੱਥੋਂ ਨਿਮਾਜ਼ ਸ਼ਮਾਜ਼ ਇੱਥੇ ਹੀ ਪਾੜ ਕੇ ਵੰਜੂ ਤਾਂ ਰੋਟੀਆਂ ਦੇ ਇੱਥੇ ਹੀ ਜਾਣੋ ਤੇ ਇੱਥੇ ਹੀ ਸੰਗਤ ਹੁਣ ਨਾ ਸ਼ਾਮ ਥੀ ਵਣ ਵਾਲੀ ਤੇ ਅਸਾਂ ਮੇਰੇ ਪੈ ਘਰ ਦੋ ਕਿਉਂਕਿ ਟਾਈਮ ਥੀਆ ਖੜੇ ਕੋ ਨਮਾਜ਼ ਦਾ ਤੇ ਫਿਲਹਾਲ ਜਿਹੜਾ ਨਾ ਸਿਲਾਬ ਆਇਆ ਕੋ ਨਹੀਂ ਅੱਲਾ ਪਾ ਖੈਰ ਕਰੇ ਅਗਰ ਕੋਈ ਨਵੀਂ ਅਪਡੇਟ ਹੋ ਸੀ ਤਾਂ ਉਹ ਮੈਂ ਤੁਹਾਨੂੰ ਦਿਖੇ ਨਾ ਇਹ ਅਫਨਾਨ ਨਾ ਦੇ ਅਫਨਾਨ ਦਾ ਰੂਣਾ ਹੀ ਥੀ ਨਾ ਸੰਗਤ ਇਹਦੇ ਉੱਤੇ ਖੜੇ ਰਹੂੰ ਲੇਕਿਨ ਇਹ ਕੋ ਮੈਂ ਕਹਿੰਦੀ ਜਿੱਲੂ ਜੋ ਕਿਉਂਕਿ ਸ਼ਾਮ ਹੈ ਨਾ ਵਾ ਨਮਾਜ਼ ਹੀ ਪੜ੍ਹਨੀ ਇਹ ਬੈ ਭੋਗੜੇ ਯਾਰਾਂ ਨਾਲ ਵਧੇ ਨਹੀਂ ਦੂੰ ਇਹ ਚੱਕਰ ਚੁੱਕਰ ਮਾਰ ਕੇ ਤੇ ਆਉਂਦੇ ਪਏ ਹਨ ਪਤਾ ਨਹੀਂ ਕਿੱਥਾਂ ਗਏ ਇੰਜੋਏ ਕਰੇ ਨੇ ਵਧੇ ਨਾ ਖੂਬ ਕਿਉਂਕਿ ਅੱਜ ਨਾ ਬਹੁਤ ਮਜ਼ੇਦਾਰ ਮੌਸਮ ਅੱਛਾ ਮਤਲਬ ਬੱਚੇ ਤੇ ਬੂੜੇ ਸੰਗਤ ਜਵਾਨ ਹਰ ਬੰਦਾ ਖੁੱਲੇ ਇਲਾਕੇ ਦਾ ਹੀਲਾ ਕੀਤੀ ਵੇ ਕਿਉਂਕਿ ਬਹਿ ਰਹੀ ਬੜੀ ਫਰੈਸ਼ ਤੇ ਤਾਜ਼ਾ ਹਵਾ ਚੱਲ ਜਿਵੇਂ ਕੱਲ੍ਹ ਮੈਂ ਤੁਹਾਨੂੰ ਦਿਖਾਇਆ ਪ੍ਰੋਗਰਾਮ ਉੱਥਾਂ ਦੀਗੇ ਦੇ ਟਾਈਮ ਅਸਾਂ ਗਏ ਸੀ ਵੀ ਸਿਲਾਬ ਆਉਂਦਾ ਪਈ ਮਤਲਬ ਉੱਥਾਂ ਅਸਾਂ ਗਏ ਸਿਲਾਬ ਕੋਣਾ ਸ਼ੁਕਰ ਲੋਕਾਂ ਆ ਕੇ ਕੋਣੀ ਆਉਂਦਾ ਤੇ ਕੁਝ ਲੋਕਾਂ ਦਾ ਉੱਥੇ ਤੁਸੀਂ ਜਿਵੇਂ ਡਿੱਠੇ ਅਸਾਂ ਨੂੰ ਵੱਧ ਰਹੇ ਹਾਂ ਮੈਂ ਇਹ ਗਾਂਧਾ ਰੇੜਾ ਬਹਿਰਾ ਖੜਾ ਹੈ ਮਤਲਬ ਇੱਕ ਮੈਂ ਕਿ ਸੱਟੀਆਂ ਵਾਂ ਦੇ ਉੱਥਾਂ ਵਾਲਾ ਜੈਸੀ ਗਿੰਨੇ ਕਿਉਂਕਿ ਉੱਥਾਂ ਹੀ ਅਸਾਂ ਗਾਂਧ ਸੱਟੇ ਨੇ ਨਾਲ ਇਹਨੂੰ ਸਾਰੀ ਗਾਂਧ ਨਾਲ ਜਾ ਜਿੱਤਾ ਸਾਰੇ ਸ਼ਾਰਾ ਲੋਕ ਗਾਂਧ ਚੰਦ ਭੁਕੇ ਨੇ ਉਹ ਉੱਥੋਂ ਵੰਗ ਕੇ ਤੇ ਵਾਲਾ ਚੈੱਕ ਕੀ ਕਰੇ ਨੇ ਜੈਸੀ ਗਿੰਨੇ ਆਇਆ ਕਿਵੇਂ ਮਾਹੌਲ ਹੈ ਸੰਗਤ ਲੱਗਦਾ ਹੀ ਜਿਵੇਂ ਸਿਲਾਬ ਬਾਇਆ ਖੜਾ ਤੇ ਅੱਲਾ ਕਰੇ ਨਾ ਆਇਆ ਹੋਏ ਜੋ ਬੜਾ ਖਤਰਾ ਥੀ ਨੇ ਮਜ਼ਾ ਨਹੀਂ ਆਉਂਦਾ ਅੱਲਾ ਖੈਰ ਕਰੇ ਦੇਖੋ ਲੱਗਦੇ ਪਹੁੰਚਣ ਵਾਲੇ ਆ ਬੁੱਝ ਕਰੀ ਦੀ ਅੱਛਾ ਸੰਗਤ ਰੇਡੀਓ ਕੀਤਾ ਖੜਾ ਕੇ ਨਾ ਤੇ ਮੈਂ ਰੱਖੇ ਨੂੰ ਜੈਜ਼ਾ ਗਿੰਨਾ ਪਹਿਲੇ ਪਾਣੀ ਗੁੱਡੇ ਕਿਤੇ ਵਾ ਤੈਨੂੰ ਉੱਥੋਂ ਇੰਟਰਵਿਊ ਗਿੰਨੀ ਆਵਾਮ ਕੱਢੇ ਹੱਕੇ ਪਾਣੀ ਲੈ ਗਿਆ ਮਤਲਬ ਇਹ ਕਿ ਸਿਲਾਬ ਮਿਲਾ ਕੋਣੀ ਪਾਣੀ ਢਹਿ ਗਿਆ ਇਹ ਜਿਹੜਾ ਡਰ ਹੈ ਸਭ ਰੋ ਤਾਂ ਸਾ ਡਰਦੇ ਰਹੇ ਬਿਆਹ ਸਿਲਾਬ ਲੇਕਿਨ ਸ਼ੁਕਰ ਆਇਆ ਮਾਇਆ ਲੋਕਾਂ ਦਾ ਜੈਜ਼ਾ ਮੈਜ਼ਾ ਗਿੰਨੇ ਦੇਖਣ ਕਿਆਗਦੇ ਹਨ
تے سلاب بھائی آندے نہیں آندا او کال ساگو جڑے بندے دسا او ہی بیٹھے اون دے کول یا سمرا انٹرویو گھلنے دیکھو کیا کہتے کیونکہ اوہ نہ پرانا بندا اور اون دے ابو تلو قادن او کو زیادہ پتہ ہوندے دیکھو کیا کہتے کیا ابو آندا بھی پانی یا کو نہیں آندا بھی والا تازی اپڈیٹ کرے نے گال ہے سنگت ہن اسا دیکھ انہاں سنگتیا گھر جیسا گننے کہ کیا پانی آندا پے کہ نہیں آندا بھی اون دے تلو قات ہیں مطلب پانی سارا نے سنگت پہاڑ والے سائیڈ گن نے سن نہ کو جلا کے پین دے اوتھے انہاں دے دوست موست نے رابطے چھان انہاں کا معلومات کرے نے تو ملے شلی وی کو کہ کو اساں تو ملے جکا اچھا مطلب انہاں کیا کیا کسے کو نہیں انہاں کے سارو کسے کو نہیں چلو شکر الحمدللہ باسا درار گمانڈا ڈر دے رہے ہن پانی آندا پے تھا خدا نے سلا بھی فلوانے تے سب کوڑے پانی سے کو نہیں جا اساں بیٹھے موقع تے مطلب بالکل پین اے شو دے ساری رات پریشان ہیں لیکن اس معاملے میں سنگت کوڑ نہیں مارنا چاہیے کچھ لوگ ایویں جے رہنا چھوڑ دین بے وڈا سلاب آندا پی فلان تے ڈھینگے تا اے ایک غلط گال ہے کیونکہ اگلے لوگوں کو تکلیف تھی او شو دے جے رہنا انہاں دی نیند حرام تھی ویندی ہے کیونکہ پانی ہے نا اے تے ایسی شے ہے کہ ای دا کوئی پتہ نہیں لگدا ہاں تے پانی دا پتہ نہیں لگدا کوڑ نہیں مارنا چاہیے بالکل بالکل تے سنگت اس شے دے وچ لوگ جرمدار ہیں جے کوڑ مرے نہیں اے حقیقت دسنی چاہیے اگلے لوگوں کو سنگت انہیں لال صاحب ڈیٹ کرے سو اگر کوئی نئی تازی ہو سی فی الحال شکر ہے الحمدللہ کی شے بھی کوئی رات کھڑ گئے نے جنے ریڑا اوتے چڑھی نے ریڑا او چھپا گئے نے فوٹو موٹو بھی سائیکل اوتے وینا پیا اے گال ہے اے سنی سنی تازی خبر اماں نے اماں نے میں رات گھنٹی تھئی ہے یہ نمبر گھن چاہتے تھے کہ میں دس اپنے ممہ کو گھل بھائی 0344 ہاں یار ایک گالے دے پیسے کے پانی دکھے پوزیشن لالا اچھا اچھا مطلب خطرہ تھا کونی نا اچھا اچھا چلو چلو اللہ پاک پوری کرے تو آدھی ٹھیک ہے ٹھیک ہے अच्छा चलो अल्लाह पाक चंगी करे ठीक है लला मेहरबान ठीक ठीक है बड़ी मेहरबान ठीक है के मंदू गल गुलमा में वो सारी जमीन में मैं तक पैसा दी तो रात उन दी जमीन को लग जा बस ओ ढासो यार ढासो पर तेरे मनो कमले भी ढासो असा में ढल दे ठीक है ठीक है जी में नवी ताजी होवे ना नंबर ते घणे असलो ते सारो घंटी खड़ बिल्कुल सारो घंटी का जुगाम ना करो बस ठीक है अल्लाह पाक खैर करे बस बैठे मौके ते मौजूद बस ठीक है ठीक है किसी वास्ते लगा पे मजा काटे सो बस ठीक है इंशाल्लाह इंतजार है पानी दे बस नंबर ही घणे असलो जी में कोई होसी ना संगत ए सब दस्ती अपडेट करे सी वाला असा थो कोई था माहौल लिखे सो सब फाइनली आज मैं घिनाया स्टिक ये को विलागे किट भी आगे मेरा ख्याल है ہوں میں وہ کرے نا انباکسنگ ٹھیک ہے سنگت اچھا میں کیوں کی یہ میں تھوڑا دسنا چاہ سنگت کیونکہ ویڈیو تو ہاتھ نہ ہی بنا سکتا مطلب یہ نہیں لیکن وہ میں صرف اس بارے کی سنگت میں کون لوگ بات کہ تیری ویڈیو نا ہلدی زیادہ ہے مطلب کہ جس ٹائم سر ایک دی بیٹھے ہونے وہی دیکھیں گی تو وہ تو کچھ دوست مشورہ دیتا ہے بھائی یار تو وہ گھن کہ اندر نل دے رہنا یہ نہیں تھی ہاں تو اس وجہ کا میں کی وہ سنگت میں انباکسنگ کر کے چیک کرے نا لیکن اندر نال کوئی فرق پہنچے تو ٹھیک ہے نہیں تو وہ مطلب وہ بھی فضول شے ہے کیوں گوتن کہ مطلب انہاں تلو سٹینڈ نا او جلے بندہ پکڑی ودو نا اگر تھوڑا بو ہاتھ دی میں یو کریں تے انہاں اوتو نہیں ہلدا موبائل اے ہن دیکھا پتہ لگ سی ایرے ٹائم اسیں تجربہ ذاتی طور تے کرے سنا تا واٹس اپ سمجھ آسی کہ بے واقعی او ہلدی اے یا ایویں ہی گال اے تا ہن سنگت اسیں بسم اللہ کر کے کھلے نی ہے دیکھ دیں تے وال دیکھنی دا کہ نتیجہ نکلے بسم اللہ الرحمن اے سنگت کیٹے اے تسا دیکھ سکدے وے اے اساں ایک ہن بسم اللہ کر کے کھلے نی ہے دیکھنی نے کیڑے کیڑے فنکشن ہن پے بسم اللہ الرحمن اے سنگت نکری سری سٹیکی گواکس تو سمیرے خیال دے اچھا اے سنگت ایندا ہینڈل ہے پیا اے تو میں قریب کا دکھاواں چا اے کو تھوڑا ڈھیلا کر کے اے سب اوتھے نہ سکھائی ہنے دکاندار نا اے کو ڈھیلا کر کے سنگت ولا اے کو جے رہنا اے ایندے ای ہولڈر اے اینا کو سو کھول لیتا ہے سنگت ہونی دے وچ اسا پینے موبائل اے موبائل پیا سنگت اے موبائل اتا اے ایک سنگت تھوڑا چھیک کے نہیں ایک ہولڈر کو سائڈ والے کو ایک تھا موبائل آ گیا ٹھیک ہے ہوں ہی دس سنگت جرا یہ ہے یہ کو ہینڈل کو ٹائٹ کر دے سو کوئی اے
ہوں سنگت ایک پوزیشن ہے لیکن میں کی میں لگتا سنگت کے موبائل آہستہ آہستہ ہی نہیں تھوڑا فرق ہے بھرا لیکن ایک جس ٹائم اصل ویڈیو بڑے سنو سنگت اس ٹائم پتہ لگ سکے ہلتا ہے کہ نہیں ہلتا کیونکہ سب دسنا ویڈیو نا ایویں تو میں نپی بیٹھا یہ مطلب کھڑے موبائل لیکن جی ٹائم ویڈیو بن گئی سی بات ان کے بعد دیکھ ہوں سنگا رزلٹ اصل اس موبائل سے چیک کرنے سنگت کیمرا میں کھول چھوڑا یہ دیکھ سکتے ہی شاید کے بھی نظر آتا پی ہو سی یہ پتہ نہیں ہلدا پی ہے تھوڑا سمجھ دینا سی میں بارا سنگا جی ٹائم اصل اپنے اوریجنل موبائل کے ویڈیو بنا کے چھپے سو نا سنگت تو اندر ہی پتہ لگ سی کہ یہ رزلٹ ہے نا اگر یہ رزلٹ اچھا ہوا تو ٹھیک ہے اچھا ہی تھوک سنگت میں بھائی گال دسا جا جس ٹائم تصا یوٹیوب تو ویڈیو دیکھتے پہ ہوتے نا ویڈیو ایچ ڈی کوالٹی کے بچ ہوتی ہے لیکن جی یوٹیوب دی کھولی پہ ایپ ان کی سیٹنگ کے بچ تھوڑی سیٹنگ یہ تھی کھڑی ہوتی ایچ ڈی نہیں وہ ہلکی کوالٹی تھی کھڑی ہوئی وہ تصا کرنا ایچ ڈی وہ ایچ ڈی سنگت کیں کر سو وہ میں تھوڑی تھوڑی اچھا سنگت تصا ہوں سکرین پہ دیکھو یہ یوٹیوب ایپ جی میں آن کرے سو نا اندر یہ جی ساری ویڈیو کہڑے آج افنان اور سنان بیٹھے کشتی پر اچھا اندر جیویں تصا کلک کرے سو سنگت جیویں کلک کرے سو یہ اتو جا رہے نا سیٹنگ کا آپشن تھوک نظر آتا پی چونڈ کے بچ بالکل یہ اتنا کلک کرے سو سنگت اندر آ گئے سی کوالٹی ہوں میری تھی کہ 1080p 50 ٹھیک ہے اچھا کچھ لوگوں کی اتنا تھی کھڑی ہوتی ہے سنگت 360p 720p تسان جن کی ہلکی کوالٹی ہو سی اتنا ایڈوانس تلو تلو لکھا کھڑے یہ ایک دو تر چوتھے نمبر تو ایڈوانس لکھا کھڑے سنگت اندر کلک کرے سو جیویں اندر کلک کرے سو تو یہ تھوڑے اگوں ویڈیو دیا کوالٹیاں آ گئی 1080p ایچ ڈی کوالٹی ہوتی ہے 720 ہلکی کوالٹی ہوتی ہے سنگت 360 144 بالکل ہلکی کوالٹی تسا ہی کرنے 1080 اگو یہ 50 لکھا پہ سنگت ایک کلک کرے سو جیویں کلک کرے سو نا تو ان شاء اللہ ساری ویڈیو تھوڑا ایچ ڈی تھی گیا سی یہ سنگت ضرور کرے جیرے بھی دوست دیکھتے پے نا ساری ویڈیو کیونکہ اگر اویں دیکھنا ایچ ڈی نہ ہو تو ویڈیو مزہ نہیں کریں دی لہٰذا تساں یہ کام کرنا ہے سنگت امید کرے نا کہ تھوڑا سمجھ آ گئی ہو سی کہ ویڈیو کو ایچ ڈی کوالٹی بھی دیکھنے دے مارے کیری سیٹنگ کرنی پونی ہے نا یہ بھی تھوڑی نالج اضافہ تھی گیا ہو سی نمبر ایک نمبر دو گال یہ سنگت جی سیلاب تو صورت حال دسے ان شاء اللہ اللہ نے کرے اگر کوئی آن بن تھی سی تو وہ بات اپڈیٹ کرے سو فی الحال شکر کشے کونی ایویں لوگ چھٹیاں افواہاں پھیلا دینے ہیں سنگت ہاں یہ ہے کہ تھوڑا یہ ہے سی پچھو کن کے بھائی تھی سکتے آ ونجے یعنی کہ تھی سکتے آ ونجے لیکن یہ کون ہے کہ لازمی آندا پہ جیویں کہ سارے لوگ ملاری تے یار بہ وڈا ریلا آندا پہ تے بہ وڈا ہی پانی اللہ معاف کرے تے ایں تھی ویسی تے بہرحال یہ غلط خبر ہے اور کوشش کرو کہ جیرے بھائی بھی غلط خبریں پھیلے ہیں یہ کم نکیتا کرو اگلے لوگوں کو بڑی تکلیف تھی نہیں بڑا انہوں نے شوتا مارے ایک مسئلہ ہوتا ہے جیرے نزدیک پہ ہونے ہیں انہوں نے سارا نظام درہم برہم تھی ویندے انہوں نے نیدر حرام تھی ویندی ہے تب مہربانی کر کے یہ کم نکیتا کرو سنگاتی نے نالی آج دے ولاگ دا اسا کرنے ہی تھے اینڈ اگر ساری ویڈیو آج جلد ہو اچھی لگی ہے تا ساری ویڈیو کو لائک کر لو سارے چینل کو سبسکرائب کر لو سنگات اگر زندگی نے ساتھ دیتا تو ول مل سو ہی اچھی جی ویڈیو دے وچ اس ٹائم تک سب لو جا اجازت اللہ تعالیٰ تو کو خوش رکھے اللہ تعالیٰ تو کو آباد رکھے ہنس دے رہو وس دے رہو اللہ حافظ